ਅੱਜ ਗੱਲਬਾਤ ਆਪਾਂ ਕਰਦੇ ਹਾਂ ਕਿ ਜਿਹੜੇ ਸਟੋਨ ਬਣ ਜਾਂਦੇ ਆ, ਹਾਂਜੀ ਸਟੋਨ, ਕਿਡਨੀ ਸਟੋਨ, ਕਿਡਨੀ ਸਟੋਨ, ਉਹਦਾ ਕੀ ਕਾਰਨ? ਪਹਿਲਾਂ ਤਾਂ ਆਪਾਂ ਪ੍ਰਵੈਂਟ ਵਾਲਾ ਦੱਸਾਂਗੇ ਕਿ ਵੀ ਬਣਦੇ ਕਿਉਂ, ਕਾਹਦੇ ਕਾਹਦੇ ਨਾਲ। ਪਾਲਕ ਪਨੀਰ ਟਮਾਟਰ, ਪਾਲਕ ਪਨੀਰ ਟਮਾਟਰ, ਜਿਹੜੇ ਕਿ ਤਿੰਨੋਂ ਹੀ ਚੀਜ਼ਾਂ ਬੜੀਆਂ ਖਾਣ ਦੇ ਵਿੱਚ ਸਵਾਦ ਅਤੇ ਸਭ ਤੋਂ ਜ਼ਿਆਦਾ ਵਰਤੀਆਂ ਜਾਂਦੀਆਂ ਪੰਜਾਬੀਆਂ ਦੇ ਘਰਾਂ 'ਚ। ਕੁਛ ਜਾਣਿਆਂ ਨੂੰ ਅੰਦਰ ਜਿਹਨਾਂ ਦੇ ਸਟੋਨ ਬਣ ਲੱਗ ਜਾਂਦੇ, ਉਹਨਾਂ ਨੂੰ ਜਾ ਕੇ ਦੁੱਖ ਵੀ ਬਹੁਤ ਦਿੰਦੇ ਆ। ਓਕੇ, ਠੀਕ ਹੈ, ਹਾਂਜੀ। ਤਾਂ ਇਸ ਕਰਕੇ ਇਹ ਤਾਂ ਮੈਂ ਤਾਂ ਦੱਸ ਰਿਹਾ ਕਿ ਵੀ ਬੰਦੇ ਨੂੰ ਪਤਾ ਤਾਂ ਹੋਵੇ ਕਿ ਮੈਂ ਕਾਹਦੇ ਨਾਲ ਬਿਮਾਰ ਹਾਂ। ਜਿਹੜੇ ਲੋਕਾਂ ਨੂੰ ਸਟੋਨ ਬਣਦੇ ਆ, ਉਹਨਾਂ ਨੂੰ ਜਿਵੇਂ ਕੈਲਸ਼ੀਅਮ, ਫਾਸਫੇਟ, ਯੂਰਿਕ ਅਤੇ ਔਲਜਿਕ, ਇਹ ਚਾਰੇ ਚੀਜ਼ਾਂ ਨਾਲ ਸਟੋਨ ਇਕੱਠਾ ਹੁੰਦਾ ਜੀ। ਉਹਨਾਂ ਦਾ ਸਰੀਰ ਇਸ ਨੂੰ ਬਾਹਰ ਸਿੱਟਣ ਦੇ ਸਮਰੱਥ ਨਹੀਂ ਹੁੰਦਾ ਜੀ। ਓਕੇ, ਆਪਾਂ ਪਹਿਲਾਂ ਵੀ ਇੱਕ ਗੱਲ ਕਰਦੇ ਸੀ, ਜਿਹੜੇ ਬੰਦੇ ਰਨਿੰਗ ਕਰਦੇ ਆ ਉਹਨਾਂ ਦੇ ਕਦੇ ਕਿਡਨੀ ਸਟੋਨ ਨਹੀਂ ਬਣਦੇ। ਉਸ ਤੋਂ ਬਾਅਦ ਅਗਲਾ ਸਟੈਪ ਇਹ ਹੈ ਕਿ ਵੀ ਜਿਹੜੇ ਲੋਕ ਕਮ ਸੇ ਕਮ 10 ਗਲਾਸ ਕੋਸੇ ਪਾਣੀ ਦੇ ਨਾਲ ਪੀ ਲੈਂਦੇ ਆ ਸਾਰੇ ਦਿਨ ਵੀ, ਵਿੰਟਰ 'ਚ ਘੱਟ ਪੀਤਾ ਜਾਂਦਾ, ਤਾਂ ਉਹਨਾਂ ਦੇ ਵੀ ਘੱਟ ਅਸਰ ਹੁੰਦੇ ਕਿ ਜਿਹੜਾ ਚੀਜ਼ ਕਲੈਕਟ ਕਰਦੇ ਬੋਡੀ ਉਹ ਬਾਹਰ ਕੱਢਦੇ। ਅੱਛਾ, ਗਰਮ ਪਾਣੀ ਬਾਹਰ ਕੱਢ ਦਿੰਦਾ। ਹਾਂਜੀ, ਮਤਲਬ 10 ਗਲਾਸ ਜੇ ਪਾਣੀ ਦੀ ਕੁਆਂਟਿਟੀ ਪੀਓਗੇ ਤਾਂ ਬੋਡੀ ਸਟੋਨ ਕਲੈਕਟ ਘੱਟ ਕਰਦੀ ਹੈ। ਹੋਮੋਪੈਥੀ ਦੇ ਮੁਤਾਬਕ ਬਿਨਾਂ ਸਰਜਰੀ ਤੋਂ ਮੈਂ ਜ਼ਰੂਰ ਕਹੂੰਗਾ ਕਿ 20 mm ਤੱਕ ਅਸੀਂ ਸਟੋਨ ਕੱਢ ਲੈਂਦੇ ਜੀ। ਓਕੇ, 20 mm ਤੋਂ ਉੱਤੇ ਸਟੋਨ ਦੀ ਦਵਾਈ ਅਸੀਂ ਨਹੀਂ ਦਿੰਦੇ, ਕਿਉਂ ਕਿਹੜੀ ਕਿਡਨੀ 'ਤੇ ਪ੍ਰੈਸ਼ਰ ਪੈਣ ਲੱਗੂ। 2 mm ਤੋਂ ਲੈ ਕੇ ਜੀ 20 mm ਤੱਕ ਬਿਨਾਂ ਕਿਸੇ ਸਰਜਰੀ ਤੋਂ ਸਟੋਨ ਨਿਕਲ ਜਾਂਦੇ ਆ, ਅਤੇ ਇਨ ਫਿਊਚਰ ਵੀ ਸਟੋਨ ਕਦੇ ਵੀ ਨਾ ਬਣੇ ਉਹਦੀ 1 ਮਹੀਨਾ ਉਦੋਂ ਬਾਅਦ ਜਦੋਂ ਸਟੋਨ ਨਿਕਲ ਜਾਣ ਉਹ ਦਵਾਈ ਖਾ ਲਏ ਜੀ ਪੇਸ਼ੈਂਟ ਨੂੰ, ਤਾਂ ਜ਼ਿੰਦਗੀ ਭਰ ਉਹਦੇ ਸਟੋਨ ਨਹੀਂ ਬਣ ਦੇਣਾ। ਵਕਤ ਫੋਰ ਯੂ ਦੇ ਹੈਲਥ ਰਿਵਿਊ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ, ਅਤੇ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਡਾਕਟਰ ਸਾਹਿਬ, ਲਾਈਕ ਅੱਜ ਗੱਲਬਾਤ ਆਪਾਂ ਕਰਦੇ ਹਾਂ ਕਿ ਜਿਹੜੇ ਸਟੋਨ ਬਣ ਜਾਂਦੇ ਆ, ਹਾਂਜੀ ਸਟੋਨ, ਕਿਡਨੀ ਸਟੋਨ, ਕਿਡਨੀ ਸਟੋਨ, ਉਹਦਾ ਕੀ ਕਾਰਨ ਆ? ਹਾਂਜੀ ਜੀ, ਮਤਲਬ ਆਪਣੇ ਸਰੋਤਿਆਂ ਨੂੰ ਪਹਿਲਾਂ ਤਾਂ ਆਪਾਂ ਪ੍ਰਵੈਂਟ ਵਾਲਾ ਦੱਸਾਂਗੇ ਕਿ ਵੀ ਬਣਦੇ ਕਿਉਂ, ਕਾਹਦੇ ਕਾਹਦੇ ਨਾਲ। ਪਾਲਕ ਪਨੀਰ ਟਮਾਟਰ, ਪਾਲਕ ਪਨੀਰ ਟਮਾਟਰ, ਜਿਹੜੇ ਕਿ ਤਿੰਨੋਂ ਹੀ ਚੀਜ਼ਾਂ ਬੜੀਆਂ ਖਾਣ ਦੇ ਵਿੱਚ ਸਵਾਦ ਅਤੇ ਸਭ ਤੋਂ ਜ਼ਿਆਦਾ ਵਰਤੀਆਂ ਜਾਂਦੀਆਂ ਪੰਜਾਬੀਆਂ ਦੇ ਘਰਾਂ 'ਚ। ਕੁਛ ਜਾਣਿਆਂ ਨੂੰ ਅੰਦਰ ਜਿਹਨਾਂ ਦੇ ਸਟੋਨ ਬਣ ਲੱਗ ਜਾਂਦੇ, ਉਹਨਾਂ ਨੂੰ ਜਾ ਕੇ ਦੁੱਖ ਵੀ ਬਹੁਤ ਦਿੰਦੇ ਆ। ਓਕੇ, ਠੀਕ ਹੈ, ਹਾਂਜੀ। ਤਾਂ ਇਸ ਕਰਕੇ ਇਹ ਤਾਂ ਮੈਂ ਤਾਂ ਦੱਸ ਰਿਹਾ ਕਿ ਵੀ ਬੰਦੇ ਨੂੰ ਪਤਾ ਤਾਂ ਹੋਵੇ ਕਿ ਮੈਂ ਕਾਹਦੇ ਨਾਲ ਬਿਮਾਰ ਹਾਂ, ਠੀਕ ਹੈ ਜੀ। ਤਾਂ ਇਹਨਾਂ ਦੇ ਵਿੱਚ ਜਿਵੇਂ ਮਤਲਬ ਜਿਹੜੇ ਲੋਕਾਂ ਨੂੰ ਸਟੋਨ ਬਣਦੇ ਆ, ਉਹਨਾਂ ਨੂੰ ਜਿਵੇਂ ਕੈਲਸ਼ੀਅਮ, ਫਾਸਫੇਟ, ਯੂਰਿਕ ਅਤੇ ਔਲਜਿਕ, ਇਹ ਚਾਰੇ ਚੀਜ਼ਾਂ ਨਾਲ ਸਟੋਨ ਇਕੱਠਾ ਹੁੰਦਾ ਜੀ। ਓਕੇ, ਉਹਨਾਂ ਦਾ ਸਰੀਰ ਇਸ ਨੂੰ ਬਾਹਰ ਸਿੱਟਣ ਦੇ ਸਮਰੱਥ ਨਹੀਂ ਹੁੰਦਾ ਜੀ। ਓਕੇ, ਆਪਾਂ ਪਹਿਲਾਂ ਵੀ ਇੱਕ ਗੱਲ ਕਰਦੇ ਸੀ, ਜਿਹੜੇ ਬੰਦੇ ਰਨਿੰਗ ਕਰਦੇ ਆ ਉਹਨਾਂ ਦੇ ਕਦੇ ਕਿਡਨੀ ਸਟੋਨ ਨਹੀਂ ਬਣਦੇ। ਓਕੇ, ਸੋ ਜੇਕਰ ਤੁਸੀਂ ਰਨ ਕਰ ਸਕਦੇ ਹੋ, ਬਾਹਰ ਜਾ ਸਕਦੇ ਹੋ, ਭੱਜ ਸਕਦੇ ਹੋ ਬਾਹਰ ਜਾ ਕੇ ਥੋੜੀ ਜਿਹੀ, 100 ਕਿਲੋਮੀਟਰ, ਸੌ ਕੁ ਕਿਲੋਮੀਟਰ, ਤਾਂ ਫਿਰ ਸੌ ਮੀਟਰ, ਹਾਂਜੀ, ਤੇ 100 ਕਿਲੋਮੀਟਰ ਦਾ ਬਹੁਤ ਹੋ ਗਿਆ ਨਾ ਜੀ। 100 ਮੀਟਰ, 100 ਮੀਟਰ ਕਿੰਨਾ ਕੁ ਹੋ ਜਾਂਦਾ? ਬਸ ਇੱਕ ਪਲੇ ਗਰਾਊਂਡ ਜੀ, ਹਾਕੀ ਦਾ ਲਾ ਲਓ, ਫੁੱਟਬਾਲ ਦਾ ਲਾ ਲਓ, ਉਹ ਇੱਕ ਗੇੜਾ ਸਫੀਸ਼ੈਂਟ ਹੈ, ਪਰ ਰਨਿੰਗ ਹੋ ਕੇ ਹੋਵੇ ਜੀ। ਓਕੇ, ਤਾਂ ਸੋ ਉਹ ਜੇ ਮਤਲਬ ਇਸ ਤਰ੍ਹਾਂ ਤੇ ਕਰ ਸਕਦਾ ਤਾਂ ਉਹਦੇ ਸਟੋਨ ਬਣਦੇ ਘੱਟ ਸਾਰ ਹੈ। ਓਕੇ, ਪਰ ਉਸ ਤੋਂ ਬਾਅਦ ਅਗਲਾ ਸਟੈਪ ਇਹ ਹੈ ਕਿ ਵੀ ਜਿਹੜੇ ਲੋਕ ਕਮ ਸੇ ਕਮ 10 ਗਲਾਸ ਕੋਸੇ ਪਾਣੀ ਦੇ ਨਾਲ ਪੀ ਲੈਂਦੇ ਸਾਰੇ ਦਿਨ ਵੀ, ਵਿੰਟਰ 'ਚ ਘੱਟ ਪੀਤਾ ਜਾਂਦਾ, ਤਾਂ ਉਹਨਾਂ ਦੇ ਵੀ ਘੱਟ ਅਸਰ ਹੁੰਦੇ ਕਿ ਜਿਹੜਾ ਚੀਜ਼ ਕਲੈਕਟ ਕਰਦੇ ਬੋਡੀ ਉਹ ਬਾਹਰ ਕੱਢਦੇ ਜੀ। ਅੱਛਾ, ਗਰਮ ਪਾਣੀ ਬਾਹਰ ਕੱਢ ਦਿੰਦਾ। ਹਾਂਜੀ, ਮਤਲਬ 10 ਗਲਾਸ ਜੇ ਪਾਣੀ ਦੀ ਕੁਆਂਟਿਟੀ ਪੀਓਗੇ ਤਾਂ ਬੋਡੀ ਸਟੋਨ ਕਲੈਕਟ ਘੱਟ ਕਰਦੀ ਹੈ। ਓਕੇ, ਤੇ ਉਦੋਂ ਬਾਅਦ ਜੇ ਜੀ ਜਿਵੇਂ ਹੁਣ ਹੋਮੋਪੈਥੀ ਦੇ ਮੁਤਾਬਕ ਬਿਨਾਂ ਸਰਜਰੀ ਤੋਂ
ਮੈਂ ਜ਼ਰੂਰ ਕਹੂੰਗਾ ਕਿ 20 mm ਤੱਕ ਅਸੀਂ ਸਟੋਨ ਕੱਢ ਲੈਂਦੇ ਜੀ। 20 mm ਤੋਂ ਉੱਤੇ ਸਟੋਨ ਦੀ ਦਵਾਈ ਅਸੀਂ ਨਹੀਂ ਦਿੰਦੇ, ਕਿਉਂ ਕਿਹੜੀ ਕਿਡਨੀ ਤੇ ਪ੍ਰੈਸ਼ਰ ਪੈਣ ਲੱਗ ਜਾਂਦਾ। ਓਕੇ, ਹੋਮਿਓਪੈਥੀ ਜਿਹੜੀ ਦਵਾਈ ਹੈਗੀ ਹੈ 2 mm ਤੋਂ ਲੈ ਕੇ ਜੀ 20 mm ਤੱਕ ਬਿਨਾਂ ਕਿਸੇ ਸਰਜਰੀ ਤੋਂ ਸਟੋਨ ਨਿਕਲ ਜਾਂਦੇ ਆ, ਤੇ ਇਨ ਫਿਊਚਰ ਵੀ ਸਟੋਨ ਕਦੇ ਵੀ ਨਾ ਬਣੇ ਉਹਦੀ 1 ਮਹੀਨਾ ਉਦੋਂ ਬਾਅਦ ਜਦੋਂ ਸਟੋਨ ਨਿਕਲ ਜਾਣ ਉਹ ਦਵਾਈ ਖਾ ਲਏ ਜੀ ਪੇਸ਼ੈਂਟ ਨੂੰ, ਤਾਂ ਜ਼ਿੰਦਗੀ ਭਰ ਉਹਦੇ ਸਟੋਨ ਨਹੀਂ ਬਣ ਦੇਣਾ। ਓਕੇ, ਤਾਂ ਕਹਿਣ ਤੋਂ ਭਾਵ ਇਹ ਹੈ ਕਿ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਨਾਲ ਨਹੀਂ ਖਾਣੀਆਂ ਉਹ ਮਨਾ ਕਰੀ ਦੀਆਂ, ਤੇ ਮੈਂ 1-2 ਦਵਾਈਆਂ ਹੀ ਦੱਸੂਗਾ ਜੀ ਵੀ ਉਹ ਜੇ 2 mm ਦੀ ਸਟੋਨ ਹੈ, 4 mm ਦੀ ਹੈ, 1.5-2 ਮਹੀਨੇ ਲੱਗੂਗਾ ਜੀ। ਓਕੇ, ਪਰ ਜੇ 10 mm ਸਟੋਨ ਹੈ ਜੈ ਜੀ, ਫਿਰ ਉਸਦਾ 2.5-3 ਮਹੀਨੇ ਵੀ ਲੱਗ ਜਾਣ, 2.5-3 ਮਹੀਨੇ ਲਗਾਤਾਰ ਦਵਾਈ ਖਾਣੀ ਪੈਣੀ, ਦਵਾਈ ਖਾਣੀ ਪੈਣੀ ਹੈ ਜੀ, ਤੇ ਉਹ ਖੁਰ ਕੇ ਨਿਕਲ ਜੂਗਾ। ਜੇ ਦਰਦ ਹੁੰਦਾ ਦਰਦ ਵਾਸਤੇ ਵੀ ਦਵਾਈ ਨਾਲ ਹੁੰਦੀ ਹੈ। ਓਕੇ, ਤੇ ਜਿਵੇਂ ਰਾਈਟ ਕਿਡਨੀ ਵਾਸਤੇ ਮੈਂ ਦਵਾਈ ਬੋਲਣ ਲੱਗਿਆ ਜੀ, ਉਹਦਾ ਨਾਂ, ਦਵਾਈ ਦਾ ਨਾਂ ਹੈਗਾ ਜੀ ਲਾਈਕੋਪੋਡੀਅਮ 30। ਓਕੇ, ਉਹ ਸਵੇਰ ਦੁਪਹਿਰੇ ਸ਼ਾਮ ਤੁਸੀਂ ਲੈ ਸਕਦੇ ਹੋ, ਜਿਨ੍ਹਾਂ ਦੇ ਸੱਜੇ ਗੁਰਦੇ 'ਚ ਪੱਥਰੀ ਹੈਗੀ। ਮੈਨੂੰ ਹਾਸਾ ਆ ਗਿਆ ਹੁਣ ਵੀ ਇਹ ਸੱਜੇ ਖੱਬੇ ਲਈ ਦਵਾਈ ਅੱਡ ਅੱਡ ਹੁੰਦੀ ਹੈ। ਹਾਂਜੀ ਬਿਲਕੁਲ ਅੱਡ ਅੱਡ ਹੁੰਦੀ ਹੈ ਜੀ, ਹੋਮਿਓਪੈਥੀ ਦੇ ਵਿੱਚ ਖਾਸ ਕਰਕੇ। ਓ ਮਾਈ ਗੋਡ, ਉਹ ਕਿਉਂ? ਉਹ ਮੈਂ ਬਾਅਦ 'ਚ ਦੱਸ ਦੱਸੂਗਾ। ਅੱਛਾ, ਓਕੇ, ਤੇ ਸਰੋਤਿਆਂ ਦੇ ਦੱਸਣ ਵਾਸਤੇ ਉਦੋਂ ਬਾਅਦ ਜਿਹੜੇ ਜੀ ਇੱਕ ਮਦਰ ਟੈਂਚਰ ਹੁੰਦਾ ਬਰਬਸ ਬਰਾਰੀ ਗਸਕਿਊ, ਉਹ 10-10 ਬੂੰਦਾਂ 3 ਵਾਰੀ ਪੀਣੀਆਂ ਜੀ, ਪਰ ਸੱਜੇ ਗੁਰਦੇ ਵਾਸਤੇ ਹੈ ਜੀ। ਤੇ ਜਿਹੜੀ ਖੱਬੇ ਗੁਰਦੇ ਦੀ ਮੈਡੀਸਿਨ ਹੁੰਦੀ ਹੈ ਉਹ ਹੁੰਦੀ ਹੈ ਜੀ ਕੰਥੈਰਸ। ਕੰਥੈਰਸ ਵੀ ਤੁਸੀਂ 3 ਵਾਰੀ ਸੁਬਹ ਦੁਪਹਿਰੇ ਸ਼ਾਮ ਲੈ ਸਕਦੇ ਹੋ, ਤੇ ਬਰਬਸ ਬਲਾਰੀ ਗਸਕਿਊ ਜ਼ਰੂਰ ਲੈਣਾ ਨਾਲ ਮਦਰ ਟੈਂਚਰ ਦਾ, ਉਹ ਪਾਣੀ 'ਚ ਪਾ ਕੇ ਲੈਣਾ ਜੀ ਬੂੰਦਾਂ 3 ਵਾਰ। ਤਾਂ ਜੈ ਜੀ ਹੁਣ ਉਦੋਂ ਅਗਲਾ ਸਵਾਲ ਆਊਗਾ ਕਿ ਜੇ ਦੋਨਾਂ 'ਚ ਹੀ ਹੋਵੇ ਫਿਰ ਦੋਨੇ ਦਵਾਈਆਂ ਹੀ ਲੈਣੀਆਂ ਪੈਣੀਆਂ ਜੀ, ਜਿਵੇਂ ਲੈਕੋਪੋਡੀਅਮ ਖਾਣੇ ਤੋਂ ਪਹਿਲਾਂ ਲੈ ਲੈਣ ਜੀ ਸੁਬਹ ਦੁਪਹਿਰੇ ਸ਼ਾਮ 3 ਵਾਰ, ਕੰਥੈਰਸ ਖਾਣੇ ਤੋਂ ਬਾਅਦ ਕਰ ਦੇਣ ਕਿ ਦੋਨੇ ਗੁਰਦਿਆਂ ਦੀਆਂ ਸਟੋਨਸ ਨਿਕਲ ਜਾਣ। ਅੱਛਾ, ਫਿਰ ਦੋਨਾਂ 'ਚ ਵੀ ਹੋ ਜਾਂਦੀ ਹੈ? ਦੋਨਾਂ 'ਚ ਵੀ ਹੋ ਜਾਂਦੀਆਂ ਜੀ, ਮੇਰੇ ਕੋਲ ਕੇਸ ਆਉਂਦੇ ਆ। ਤਾਂ ਉਹੀ ਫੇਰ ਸਾਈਜ਼ 'ਤੇ ਦੱਸਦਾ ਜੀ, ਜੇ ਦੋਨੇ ਗੁਰਦਿਆਂ ਦੇ ਵਿੱਚ ਇੱਕ 4 mm ਹੈ, ਇੱਕ 6 mm ਹੈ ਜੀ, ਜਿਹੜਾ 4 mm ਉਹ ਜਲਦੀ ਨਿਕਲੂ, 6 mm ਵਾਲਾ ਟਾਈਮ ਲਊਗਾ। ਹਾਂ, ਜਦੋਂ ਤੁਹਾਡੇ ਗੁਰਦਿਆਂ 'ਚੋਂ ਸਟੋਨ ਨਿਕਲ ਜਾਂਦੇ ਆ ਜੀ, ਕਲੀਨ ਹੋ ਜਾਂਦੇ ਆ, ਮੇਰੀ ਇੱਕ ਐਡਵਾਈਸ ਹੈ ਸਰੋਤਿਆਂ ਨੂੰ ਕਿ ਉਹ ਨਾ ਬਣਨ ਵਾਲੀ ਦਵਾਈ ਆਪਦੇ ਭਲੇ ਵਾਸਤੇ ਖਾ ਲੈਣ, ਕਿ ਵੀ ਮੁੜ ਕੇ ਜ਼ਿੰਦਗੀ ਭਰ ਉਹਨਾਂ ਦੇ ਸਟੋਨ ਨਹੀਂ ਬਣੂਗਾ ਜੀ। ਓਕੇ, ਪਰ ਅਲਟਰਾਸਾਊਂਡ 'ਚ ਇਹ ਹੋਵੇ ਕਿ ਹੁਣ ਉਹਨਾਂ ਦੇ ਕੋਈ ਪੱਥਰੀ ਨਹੀਂ, ਜੇ ਪੱਥਰੀ ਰਹਿੰਦੇ ਖਾਲੀ ਫਿਰ ਕੋਈ ਉਹਦਾ ਨਹੀਂ ਹੋਊ, ਮਤਲਬ ਇੰਤਜ਼ਾਮ ਹੈਗਾ। ਬਟ ਜੇ ਨਿਕਲਣ ਤੋਂ ਖਾਂਦੇ ਆ ਤਾਂ 1 ਮਹੀਨਾ, ਤੇ ਉਹਨਾਂ ਨੂੰ ਕਦੇ ਕੋਈ ਆਪਰੇਸ਼ਨ ਦੀ ਲੋੜ ਨਹੀਂ ਜੀ, ਤੇ ਉਹਨਾਂ ਦੀ ਹਮੇਸ਼ਾ ਪਹਿਲਾਂ ਪੱਥਰੀ ਕੱਢਦੇ ਹੋ ਫਿਰ ਦੂਜੀ ਦਵਾਈ ਦਿੰਦੇ ਆ, ਨਾ ਬਣਨ ਵਾਲੀ ਦਵਾਈ ਦਿੰਦੇ ਆ ਜੀ, ਤੇ ਬਿਨਾਂ ਕਿਸੇ ਸਰਜਰੀ ਤੋਂ ਜ਼ਿੰਦਗੀ ਭਰ ਉਹਨਾਂ ਦੇ ਕਦੇ ਸਟੋਨ ਨਹੀਂ ਬਣੂਗਾ ਜੀ। ਜੇ ਕੋਈ ਜ਼ਿਆਦਾ ਤੰਗ ਹੈਗੇ ਤੇ ਆਪਣਾ ਸਕਰੀਨ 'ਤੇ ਨੰਬਰ ਆਉਂਦਾ ਹੋਣਾ, ਤੇ ਜਦੋਂ ਮਰਜ਼ੀ ਗੱਲ ਕਰਕੇ ਪੁੱਛ ਲੈਣ ਜੀ, ਤੇ ਨਾਲ ਫੂਡ ਐਡਵਾਈਸ ਕਰਾਂਗੇ ਕਿ ਵੀ ਆਹ ਚੀਜ਼ਾਂ ਤੁਸੀਂ ਘੱਟ ਖਾਓ, ਆਹ ਜ਼ਿਆਦਾ ਖਾਓ, 3 ਚੀਜ਼ਾਂ ਤਾਂ ਪਹਿਲਾਂ ਛੱਡ ਹੀ ਦਿਓ ਨਾ। ਹਾਂਜੀ, ਕਿਉਂਕਿ ਜਿਹੜੀਆਂ ਚੀਜ਼ਾਂ ਤੁਹਾਡੇ ਪੱਥਰੀ ਬਣਾਉਂਦੀਆਂ ਹੀ ਨੇ ਉਹ ਟਮਾਟਰਾਂ ਦੇ ਵਿਚਲੇ 20 ਉਹਨਾਂ ਨੂੰ ਕੱਢ ਦਿਓ, ਤੇ ਕੱਚਾ ਟਮਾਟਰ ਨਾ ਖਾਓ, ਉਹਨੂੰ ਤੁਸੀਂ ਆਪਣੀ ਸਬਜ਼ੀ 'ਚ ਪਾ ਸਕਦੇ ਹੋ, ਤੇ ਸੈਕਿੰਡ ਪਾਲਕ ਜਿਹੜੀ ਆ ਉਹਦੀ ਤੁਸੀਂ ਪਰੌਂਠਾ ਬਣਾ ਕੇ ਖਾ ਸਕਦੇ ਹੋ, ਪਾਲਕ ਦਾ ਉਹ ਜ਼ਿਆਦਾ ਬੈਟਰ ਰਹੂਗਾ ਸਾਗ 'ਚ ਨਾ, ਸਾਗ ਉਹਦੇ 'ਚ, ਤੇ ਇਕੱਲੀ ਨਾ ਖਾਓ, ਰੁੱਖੀ ਨਾ ਖਾਓ, ਤੇ ਸਾਗ 'ਚ ਵੀ ਨਾ ਪਾਓ, ਨਹੀਂ ਸਾਗ 'ਚ ਬਿਨਾਂ ਸਾਗ ਬਿਨਾਂ ਪਾਲਕ ਤੋਂ ਖਾ ਲੈਣ ਜੀ, ਜਿਹਨਾਂ ਦੇ ਸਟੋਨ ਬਣਦੇ, ਜਿਹਨਾਂ ਦੇ ਨਹੀਂ ਬਣਦੇ ਉਹ ਖਾਣ ਜੀ। ਤਾਂ ਸੋ ਕਹਿਣ ਤੋਂ ਭਾਵ ਇਹ ਹੈ ਕਿ ਵੀ ਜੇ ਫਿਰ ਵੀ ਕੋਈ ਕਸਰ ਰਹਿੰਦੀ ਹੈ ਤੇ ਸਾਨੂੰ ਫੋਨ ਕਰਕੇ ਪੁੱਛ ਲੈਣ ਜੀ, ਕਾਲ ਕਰਕੇ। ਤੇ ਕੋਈ ਸਟੋਨ ਤੋੜਨੀਆਂ ਦਵਾਈਆਂ ਵੀ ਹੁੰਦੀਆਂ ਵੀ ਛੇਤੀ ਕ੍ਰੈਸ਼ ਕਰ ਦਈਦਾ ਜੀ ਮੈਡੀਸਿਨ ਨਾਲ, ਤੇ ਜਦੋਂ ਮਰਜ਼ੀ ਆਪਣਾ ਕਾਲ ਕਰ ਸਕਦੇ ਜੀ। ਇੱਥੇ ਹੀ ਇਜਾਜ਼ਤ ਦਿਓ, ਤੇ ਇਸ ਹਿੱਸੇ ਨੂੰ ਸਪੋਂਸਰ ਕੀਤਾ ਗਿਆ ਨੋਨ ਸਟੋਪ ਪੀਜ਼ੇ ਵਾਲਿਆਂ ਵੱਲੋਂ, ਤੇ ਉਹਨਾਂ ਨੂੰ ਜੇਕਰ ਜਾ ਕੇ ਹਵਾਲਾ ਦਿੰਦੇ ਹੋ ਤੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲੇਗਾ, ਉਹਨਾਂ ਦੀ ਫਰੇਜ਼ਰ ਦੇ ਉੱਪਰ ਲੋਕੇਸ਼ਨ ਆ। ਤੇ ਥੈਂਕ ਯੂ ਬਹੁਤ ਬਹੁਤ ਡਾਕਟਰ ਸਾਹਿਬ ਤੁਹਾਡਾ, ਸਤਿ ਸ਼੍ਰੀ ਅਕਾਲ।